ਜਾਖੜ ਵੀ ਪੂਰੀ ਤਰ੍ਹਾਂ ਇਸ ਇਲੈਕਸ਼ਨ ਦੇ ਵਿੱਚ ਹਾਰੇ ਔਰ ਰਾਹੁਲ ਗਾਂਧੀ ਵੀ ਜਿਹੜਾ ਉਹਨੂੰ ਵੀ ਅਮੇਠੀ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਸਾਰਿਆਂ ਦਾ ਕੱਖ ਨਹੀਂ ਰਿਹਾ ਕਿ ਜਿੰਨੇ ਝੂਠੇ ਇਸ਼ੂ ਕਰਕੇ ਪੰਥ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਸਾਰਿਆਂ ਦਾ ਮਾੜਾ ਹਸ਼ਰ ਜਿਹੜਾ ਇਸ ਇਲੈਕਸ਼ਨ ਦੇ ਵਿੱਚ ਜਿਹੜਾ ਕੁਛ ਮਤੇ ਵੀ ਪਾਸ ਕੀਤੇ ਆ। ਇੱਕ ਜਿਹੜੇ ਬਿਜਲੀ ਦੇ ਰੇਟ ਅੱਜ ਵਧੇ ਆ, ਉਹਦੀ ਜਿਹੜੀ ਆ ਪਾਰਟੀ ਨੇ ਨਿਖੇਧੀ ਕੀਤੀ ਹੈ ਕਿ ਲਗਾਤਾਰ ਲੋਕਾਂ ਦੇ ਉੱਤੇ ਬਹੁਤ ਵੱਡਾ ਬੋਝ ਪਾਇਆ ਜਾ ਰਿਹਾ। ਅੱਜ ਵੀ ਜਿਹੜਾ ਇਹ ਨਵੇਂ ਬਿਜਲੀ ਦੇ ਰੇਟ ਅਨਾਊਂਸ ਕੀਤੇ ਗਏ ਆ, ਇਹਦੇ ਨਾਲ ਗਰੀਬ ਵਰਗ ਦੇ ਉੱਤੇ, ਆਮ ਵਰਗ ਦੇ ਉੱਤੇ, ਇੰਡਸਟਰੀ ਦੇ ਉੱਤੇ, ਦੁਕਾਨਦਾਰ ਦੇ ਉੱਤੇ, ਸਾਰਿਆਂ ਦੇ ਉੱਤੇ ਬਹੁਤ ਵੱਡਾ ਬੋਝ ਪਿਆ। ਇਹ ਸਰਕਾਰ ਨੂੰ ਕਿਹਾ ਗਿਆ ਕਿ ਇਹਨੂੰ ਤੁਰੰਤ ਜਿਹੜਾ ਵਾਪਸ ਲਿਆ ਜਾਏ। ਲਗਾਤਾਰ ਰੇਪ ਹੋ ਰਹੇ ਆ, ਕਤਲਾਂ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ, ਗੈਂਗਸਟਰ ਦੀਆਂ ਵਾਰਦਾਤਾਂ ਹੋ ਰਹੀਆਂ। ਇਹ ਸਾਰੀ ਚੀਜ਼ ਇਸ ਗੱਲ ਦਾ ਜਿਹੜੇ ਕਿ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਇਸ ਵੇਲੇ ਸਰਕਾਰ ਜਿਹੜੀ ਆ ਉਹ ਇਸ ਵੇਲੇ ਆਪੋਜੀਸ਼ਨ ਨੂੰ ਜਿਹੜੀ ਆ ਰਗੜਨ ਦੇ ਉੱਤੇ ਲੱਗੀ ਹੋਈ ਆ, ਝੂਠੇ ਮਨਸੂਬੇ ਘੜ ਕੇ ਉਹਨਾਂ ਨੂੰ ਬਦਨਾਮ ਕਰਨ ਦੇ ਵਿੱਚ ਲੱਗੀ ਹੋਈ ਆ। ਜਿਹੜਾ ਅਸਲੀ ਕੰਮ ਹੈ ਲਾ ਐਂਡ ਆਰਡਰ ਦਾ, ਉਹਦੇ ਵਿੱਚ ਸਰਕਾਰ ਜਿਹੜੀ ਆ ਉਹ ਬੁਰੀ ਤਰ੍ਹਾਂ ਦੇ ਨਾਲ ਸਾਰੇ ਥਾਵਾਂ ਦੇ ਉੱਤੇ